Bir dakika şimdi daha. ਸੋਸ਼ਲ ਮੀਡੀਆ ਤੇ ਤਸਵੀਰਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਟਰੈਕਟਰ ਅੱਗੇ ਆ ਕੇ ਮਹਿਲਾਵਾਂ ਉਸ ਨੂੰ ਰੋਕ ਰਹੀਆਂ ਨੇ ਤੇ ਖੇਤਾਂ ਦੇ ਵਿੱਚ ਦੋ ਧਿਰ ਆਮੋ ਸਾਹਮਣੇ ਹੋਏ ਪਏ ਨੇ ਤੇ ਇੱਕ ਦੂਸਰੇ ਦੀ ਕੁੱਟਮਾਰ ਕਰ ਰਹੇ ਨੇ। ਜਾਣਕਾਰੀ ਅਨੁਸਾਰ ਪੂਰਾ ਮਾਮਲਾ 6 ਕਨਾਲ ਦੀ ਜ਼ਮੀਨ ਦਾ ਜੋ ਕਿ ਨਾਜਾਇਜ਼ ਕਬਜ਼ੇ ਦੀ ਸੀ ਤੇ ਜਿਸ ਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਇਹ ਜ਼ਮੀਨ ਛੁਡਵਾਈ ਗਈ ਹੈ ਤੇ ਪਰਿਵਾਰ ਵੱਲੋਂ ਉਸਦਾ ਵਿਰੋਧ ਕੀਤਾ ਗਿਆ, ਜਿਸ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨੀ ਤਰੀਕੇ ਦੇ ਨਾਲ ਇਸ ਸੰਬੰਧੀ ਕਾਰਵਾਈ ਕੀਤੀ ਗਈ ਹੈ। ਤਾਂ ਦੱਸਦੇ ਕਿ ਮਾਮਲਾ ਜਲਾਲਾਬਾਦ ਦਾ, ਜਿੱਥੇ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ ਗਿਆ। 6 ਕਨਾਲ ਦੀ ਜ਼ਮੀਨ ਦੱਸੀ ਜਾ ਰਹੀ ਸੀ, ਇਹ ਪੰਚਾਇਤੀ ਜ਼ਮੀਨ ਸੀ ਜਿਸ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਕਾਨੂੰਨੀ ਪ੍ਰਕਿਰਿਆ ਦੇ ਨਾਲ ਇਸ ਤੇ ਕਾਰਵਾਈ ਕੀਤੀ ਗਈ ਤੇ ਸਾਰੀ ਪੰਚਾਇਤੀ ਜ਼ਮੀਨ ਨੂੰ ਛੁਡਵਾਇਆ ਗਿਆ। ਤੇ ਮੌਕੇ ਤੇ ਵਿਧਾਇਕ ਗੋਲਡੀ ਕੰਬੋਜ ਵੀ ਮੌਜੂਦ ਸੀ ਤੇ ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਨਾਜਾਇਜ਼ ਕਬਜ਼ੇ ਚੱਲ ਰਹੇ ਸੀ ਜੋ ਕਿ ਹੁਣ ਉਹਨਾਂ ਵੱਲੋਂ ਛੁਡਵਾਏ ਜਾ ਰਹੇ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਮਹਿਲਾਵਾਂ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਨਾਜਾਇਜ਼ ਕਬਜ਼ਾ ਛੁਡਵਾਇਆ। ਤੇ ਇਸ ਦਰਮਿਆਨ ਦੋ ਧਿਰ ਵੀ ਆਮੋ ਸਾਹਮਣੇ ਹੋਏ ਨੇ, ਇੱਕ ਦੂਸਰੇ ਦੀ ਕੁੱਟਮਾਰ ਕਰਦੇ ਵੀ ਨਜ਼ਰ ਆ ਰਹੇ ਨੇ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ, ਪੰਚਾਇਤਾਂ ਦੇ ਜਿਹੜੇ ਜ਼ਮੀਨਾਂ ਦੇ ਕਬਜ਼ੇ ਸੀ ਛੁਡਵਾਏ। ਅੱਜ ਉਹਦੇ ਚੱਕ ਮੰਗਦੇ ਵਾਲੇ ਪਿੰਡ 6 ਕਿਲਾ 6 ਮਰਲੇ ਦਾ ਕਬਜ਼ਾ ਛੁੜਿਆ, 6 ਕਿਲੇ 6 ਕਿਲਾ ਦਾ ਕਬਜ਼ਾ ਛੁੜਾਉਣਾ। ਸੋ ਇੱਥੋਂ ਇਹ ਮਹਿਸੂਸ ਹੁੰਦਾ ਵੀ ਸਰਕਾਰ ਸਖ਼ਤ ਹੈ, ਜਿਹੜੇ ਜਿਹੜੇ ਲੋਕਾਂ ਨੇ ਕਬਜ਼ਾ ਕੀਤਾ ਉਹ ਛੁੜ ਦਿੰਦੇ। ਇਹਦੇ ਬਾਰੇ ਸਾਨੂੰ ਜੀ ਅੱਜ 25 ਸਾਲ ਹੋ ਗਏ ਨੇ ਕੇਸ ਝਗੜਦਿਆਂ ਨੂੰ, ਸਾਰੇ ਸਰਪੰਚ ਝਗੜਦੇ ਰਹੇ ਨੇ ਜੀ। ਹੁਣ ਸਰਕਾਰ ਬੜੀ ਵਧੀਆ ਆਈ ਹੈ, ਜਿਹਨੇ ਉਪਰਾਲਾ ਕੀਤਾ ਹੈ ਅਤੇ ਸਾਡੇ ਨਾਲ ਅਮਦਾਦ ਸਾਨੂੰ ਕੀਤੀ ਨੇ, ਅਤੇ ਮੁੱਖ ਮੰਤਰੀ ਦਾ ਅਤੇ ਸਭ ਤੋਂ ਵੱਡ MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਅੱਜ ਸਾਨੂੰ ਮੌਕੇ 'ਤੇ ਆ ਅਤੇ ਆਹ ਕਬਜ਼ਾ ਦਵਾਇਆ ਨੇ ਅਤੇ ਸਾਡੇ ਪਿੰਡ ਦਾ ਅੱਜ ਖੁਸ਼ਹਾਲੀ ਹੋ ਜਾਏਗੀ। ਕਿਹੜੇ ਗਰੀਬ ਬੇ ਜ਼ਮੀਨੇ ਬੈਠੇ ਨੇ, ਨਾਨੂੰ ਅਸੀਂ ਦੋ ਦੋ ਕਨਾਲੀ ਠੇਕੇ 'ਤੇ ਦੇ ਅਤੇ ਨਾਨੂੰ ਪੱਠੇ ਵਜਾਵਾਂਗੇ। ਅਤੇ ਸਾਡੇ ਜਲਾਲਾਬਾਦ ਬਲਾਕ ਦਾ ਪਿੰਡ ਚੱਕ ਮੰਬਦੇ ਵਾਲਾ, ਇਹਦੇ ਵਿੱਚ ਕਰੀਬ 12 ਤੋਂ ਜ਼ਿਆਦਾ ਏਕੜ 'ਤੇ ਕਬਜ਼ਾ ਸੀ, ਜਿਹਦੇ ਵਿੱਚੋਂ ਸਾਡੇ ਕੋਲ 7 ਏਕੜ ਦੇ ਕਰੀਬ ਅੱਜ ਕਬਜ਼ਾ ਵਾਰੰਟ ਸੀ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ SHO ਅੰਗਰੇਜ਼ ਸਿੰਘ ਸਾਡੇ ਕੋਲ ਆਏ ਹੋਏ ਆ, SDM ਸਾਹਿਬ ਨੇ, MLA ਸਾਹਿਬ ਆਏ ਨੇ, ਮੇਰਾ ਸਾਰਾ ਸਟਾਫ ਦਫ਼ਤਰ ਦਾ, ਅਤੇ ਇਹ ਸਾਰੇ ਰਲ ਮਿਲ ਕੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਕਬਜ਼ਾ ਅਸੀਂ ਲੈ ਰਹੇ ਹਾਂ, ਜਿਹਦੇ 'ਚ 4 ਕਿਲੇ ਇੱਥੇ ਸੀ, ਅਸੀਂ 5 ਏਕੜ 'ਤੇ ਦੂਜੇ ਪਿੰਡ ਜਾ ਕੇ ਅਸੀਂ ਕਬਜ਼ਾ ਪ੍ਰਾਪਤ ਕਰ। ਬਿਲਕੁਲ, ਪੰਜਾਬ ਸਰਕਾਰ ਵੱਲੋਂ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਇਹਦੇ ਵੱਲੋਂ ਕਬਜ਼ੇ ਛੁਡਾਉਣ ਲਈ ਕਰੀਬ 9000 ਏਕੜ ਜਿਹੜਾ ਕਬਜ਼ਾ ਛੁਡਾਇਆ ਗਿਆ ਅਤੇ ਇਹ ਮੁਹਿੰਮ ਸਾਡੀ ਲਗਾਤਾਰ 1.5-2 ਸਾਲ ਤੋਂ ਜਾਰੀ ਹੈ। ਸਾਡੇ ਬਲਾਕ ਵਿੱਚ ਵੀ ਪਿਛਲੇ ਸਾਲ ਅਸੀਂ ਚੱਕ ਵਜੀਦੇ ਕਬਜ਼ਾ ਲਿਆ ਸੀ, ਦੂਸਰੇ ਬੱਗੇ ਕੇ ਉਤਾੜ ਵੀ ਅਸੀਂ ਕੁਛ ਜ਼ਮੀਨਾਂ ਦੀ ਆਕਸ਼ਨ ਕੀਤੀ ਸੀ ਲੋਕਾਂ ਦੇ ਸਹਿਯੋਗ ਨਾਲ, ਇਹ ਵੀ ਅਸੀਂ ਅੱਜ ਕਬਜ਼ਾ ਲਿਆ। ਇਹ ਸਾਡੀ ਮੁਹਿੰਮ ਲਗਾਤਾਰ ਜਾਰੀ ਰਹਿੰਦੀ ਹੈ ਕਿਉਂਕਿ ਕਾਫੀ ਲੰਮੇ ਚੌੜੇ ਕੇਸ ਹੁੰਦੇ ਨੇ। ਇਸ ਜ਼ਮੀਨ 'ਤੇ ਵੀ ਅਸੀਂ 2013 ਤੋਂ ਲਗਾਤਾਰ ਕੇਸ ਵੱਖ ਵੱਖ ਕੋਰਟਾਂ 'ਚ ਫੇਸ ਕਰ ਰਹੇ ਸੀ, ਸਾਡੇ ਹੱਕ 'ਚ ਹੋ ਰਹੇ ਸੀ। ਹੁਣ ਫਾਈਨਲ ਡਿਸੀਜਨ ਸਾਡੇ ਕੋਲ 7/23 ਵਿੱਚ ਆਇਆ ਅਤੇ ਸਾਰੀ ਪ੍ਰੋਸੀਜਰ ਪੂਰੀ ਕਰਕੇ ਅਸੀਂ ਅੱਜ ਕਬਜ਼ਾ